ਤੁਸੀਂ ਯਾਰ ਕਾਹਦੇ ਫੇਰ ਵਾਸਤੇ ਨਹੀਂ ਸਾਨੂੰ ਕਰਦੇ ਰੋਕਿਆ ਫੇਰ ਹੋਇਆ? ਫੇਰ ਕਿਉਂ ਨਹੀਂ ਕਰਦੇ ਬੈਰੀਕੇਡ ਫੇਰ ਲੱਗੇ ਹੋਏ ਤੁਸੀਂ, ਐਮਐਲਏ ਐਮਪੀਆਂ ਵਾਸਤੇ? ਕੋਈ ਤੁਹਾਡੇ ਪਾਸ ਆਰਡਰ ਹੈ ਬੈਰੀਕੇਡ ਕਰਨ ਲਾਉਣ ਦਾ? ਕਿਆ ਮਤਲਬ ਹੈ, ਕਿਹੜਾ ਲੋਕਤੰਤਰ ਹੈ ਕਿ ਪੰਜਾਬ ਦਾ ਐਮਐਲਏ ਸੀਐਮ ਤੱਕ ਨਹੀਂ ਪਹੁੰਚ ਸਕਦਾ? ਕੋਈ ਅੱਤਵਾਦੀ ਬੈਠੇ ਆ ਉਰੇ? ਰਾਮ ਗੋਪਾਲ ਜੀ, ਬੀਐਲਪੀ ਲੀਡਰ, ਡਿਪਟੀ ਬੀਐਲਪੀ ਲੀਡਰ ਜਾਖੜ ਸਾਹਿਬ, ਇਹ ਮਜ਼ਾਕ ਕਿਆ ਹੈ ਲੋਕਤੰਤਰ ਦਾ ਕਿ ਐਮਐਲਏ ਐਮਪੀ ਸੀਐਲਪੀ ਲੀਡਰ, ਸਾਬਕਾ ਸੀਐਲਪੀ ਲੀਡਰ, ਡਿਪਟੀ ਸੀਐਲਪੀ ਲੀਡਰ ਮੁੱਖ ਮੰਤਰੀ ਤੱਕ ਨਹੀਂ ਪਹੁੰਚਦੇ? ਡਰਦਾ ਕਿਤੇ ਆ ਮੁੱਖ ਮੰਤਰੀ? ਸਿਕਿਉਰਿਟੀ ਹੋਰ ਮੰਗ ਲਈ ਕੇਂਦਰ ਸਰਕਾਰ ਤੋਂ, 5000 ਬੰਦਾ ਪਹਿਲਾਂ ਇਹਦੇ ਅੱਗੇ ਪਿੱਛੇ ਫਿਰਦਾ, ਫਿਰ ਡਰੀ ਜਾਂਦਾ ਬੈਠਾ ਸੀ, ਇਹਨੂੰ ਮਾਰਨਾ ਆ ਕਿਆ? ਯਾਰ ਨਹੀਂ ਤਾਂ ਸਰ ਸਾਨੂੰ ਜਾਣ ਦਿਓ। ऐसा नहीं यार, कोई नहीं, 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 नहीं